ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਾਰਿਆਂ ਦਾ ਸੋ ਆਸਟ੍ਰੇਲੀਆ ਤੋਂ ਵੱਡੀ ਖਬਰ ਆ ਰਹੀ ਹੈ ਜੀ ਆਸਟ੍ਰੇਲੀਆ ਨੇ ਸਟੂਡੈਂਟਸ ਨੂੰ ਨੋਟਿਸਸ ਭੇਜਣੇ ਸ਼ੁਰੂ ਕਰ ਦਿੱਤੇ ਨੇ ਸੋ ਕਿਹੜੇ ਸਟੂਡੈਂਟ ਨੇ ਜਿਨ੍ਹਾਂ ਨੂੰ ਆਸਟ੍ਰੇਲੀਆ ਨੋਟਿਸ ਭੇਜ ਰਿਹਾ ਕਿਉਂ ਇਹ ਨੋਟਿਸ ਭੇਜੇ ਜਾ ਰਹੇ ਨੇ ਤੇ ਜਿਹੜੇ ਸਟੂਡੈਂਟਸ ਨੇ ਹਜੇ ਆਸਟ੍ਰੇਲੀਆ ਜਾਣਾ ਹੈ ਉਹਨਾਂ ਨੂੰ ਹੁਣ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸੋ ਇਹ ਸ਼ੋ ਬੜਾ ਇੰਪੋਰਟੈਂਟ ਹੈ ਐਂਡ ਤੱਕ ਇਹਨੂੰ ਧਿਆਨ ਨਾਲ ਦੇਖੋ ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫਿਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸੋ ਸਨੇਹਾ ਜੀ ਮੈਂ ਚਾਹੂੰਗਾ ਡਿਟੇਲ ਦੇ ਵਿੱਚ ਸਾਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸ਼ੇਅਰ ਕਰੋ ਪ੍ਰੈਜ਼ੈਂਟਲੀ ਨੋਟਿਸ ਭੇਜੇ ਜਾ ਰਹੇ ਨੇ ਆਸਟ੍ਰੇਲੀਆ ਵੱਲੋਂ ਕਿਹੜੇ ਸਟੂਡੈਂਟ ਨੂੰ ਭੇਜੇ ਜਾ ਰਹੇ ਨੇ ਕਿਉਂ ਭੇਜੇ ਜਾ ਰਹੇ ਨੇ ਜਿਹੜੇ ਸਟੂਡੈਂਟਸ ਨੇ ਜਾਣਾ ਹੈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸਰ ਦੇਖੋ ਆਸਟ੍ਰੇਲੀਆ ਵੱਲੋਂ ਲਗਾਤਾਰ ਚੇਂਜਿਸ ਆ ਰਹੇ ਹਨ ਸਭ ਤੋਂ ਪਹਿਲੇ ਉਹਨੇ ਜੀ ਟੀ ਦੀ ਜਗ੍ਹਾ ਜੀ ਐਸ ਟੀ ਦਾ ਕਿਹਾ ਆਫਟਰ ਦੈਟ ਕਾਫੀ ਯੂਨੀਵਰਸਿਟੀਜ਼ ਨੇ ਹਰਿਆਣਾ ਔਰ ਪੰਜਾਬ ਦੇ ਸਟੂਡੈਂਟ ਨੂੰ ਲੈਣਾ ਬੰਦ ਕਰਤਾ ਹੁਣ ਜਿਹੜਾ ਮੇਜਰ ਚੇਂਜ ਆਇਆ ਵਾ ਉਹ ਇਹ ਆਇਆ ਵਾ ਕਿ ਜਿਹੜੇ ਸਟੂਡੈਂਟਸ ਨੇ ਉੱਥੇ ਜਾ ਕੇ ਆਪਣਾ ਪ੍ਰੋਗਰਾਮ ਚੇਂਜ ਕੀਤਾ ਲਾਈਕ ਇੱਥੋਂ ਉਹਨਾਂ ਨੇ ਵੀਜ਼ਾ ਜਿਹੜਾ ਲਿੱਤਾ ਸੀਗਾ ਉਹ ਆਪਣਾ ਡਿਗਰੀ ਪ੍ਰੋਗਰਾਮ 'ਤੇ ਲਿੱਤਾ ਐਂਡ ਆਫਟਰ ਦੈਟ ਉਹਨਾਂ ਨੇ ਡਿਪਲੋਮਾ ਦੇ ਵਿੱਚ ਚੇਂਜ ਕਰਤਾ ਉਹਨਾਂ ਦੇ ਵੀਜ਼ਾਸ ਕੈਂਸਲ ਹੋ ਰਹੇ ਆ ਉਹਨਾਂ ਨੂੰ ਨੋਟਿਸ ਆਉਣੇ ਸਟਾਰਟ ਹੋ ਗਿਆ ਐਂਡ ਉਹਨਾਂ ਨੂੰ ਹੋ ਸਕਦਾ ਵੀਜ਼ਾ ਦੁਬਾਰਾ ਲੈਣਾ ਪਵੇ ਸੋ ਅਗਰ ਆਪਾਂ ਇਹ ਚੀਜ਼ਾਂ ਨੂੰ ਪੋਜ਼ਿਟਿਵ ਲਈਏ ਇਟਸ ਅਪ ਟੂ ਅਸ ਕਿ ਅਸੀਂ ਉਹਨੂੰ ਪੋਜ਼ਿਟਿਵ ਲੈ ਰਹੇ ਹਾਂ ਜਾਂ ਨੈਗੇਟਿਵ ਮੈਂ ਇਹਨੂੰ ਪੋਜ਼ਿਟਿਵ ਲੈ ਰਹੀ ਹਾਂ ਕਿਉਂਕਿ ਆਸਟ੍ਰੇਲੀਆ ਵੀਜ਼ਾ ਦੇਣਾ ਚਾਹੁੰਦਾ ਬੇਸਿਕਲੀ ਉਹ ਹੁਣ ਇੱਕ ਐਲੀਜੀਬਲ ਪ੍ਰੋਫਾਈਲ ਔਰ ਜਿਹੜਾ ਉੱਥੇ ਜਾ ਕੇ ਅੱਗੇ ਜੋਬ ਕਰੇ ਪ੍ਰੋਪਰ ਆਪਣੀ ਪੀ ਆਰ ਲੈਣ ਉਹੀ ਸਟੂਡੈਂਟਸ ਨੂੰ ਉਹ ਵੈਲਕਮ ਕਰੇਗਾ ਸੋ ਲਾਸਟ ਤੇ ਗੱਲ ਕਰਦੇ ਹਾਂ ਇਨਟੇਕ ਦੀ ਸਨੇਹਾ ਜੀ ਕਿਹੜੇ ਕਿਹੜੇ ਇਨਟੇਕਸ ਆਸਟ੍ਰੇਲੀਆ ਲਈ ਅਵੇਲੇਬਲ ਨੇ ਕਿਹੜੀਆਂ ਗੱਲਾਂ ਦਾ ਸਟੂਡੈਂਟਸ ਧਿਆਨ ਰੱਖਣਾ ਸਰ ਦੇਖੋ ਅਗਰ ਹੁਣ ਆਪਾਂ ਇਨਟੇਕ ਦੀ ਗੱਲ ਕਰੀਏ ਤਾਂ ਹੁਣ ਆਪਾਂ ਇਨਟੇਕ ਅਗਸਤ ਔਰ ਨਵੰਬਰ ਦਾ ਹੀ ਕਰਾਂਗੇ ਕਿਉਂਕਿ ਜੂਨ ਔਰ ਜੁਲਾਈ ਵਾਲਾ ਇਨਟੇਕ ਦਾ ਤਾਂ ਕੋਈ ਫਾਇਦਾ ਹੀ ਨਹੀਂ ਅਗਰ ਤੁਸੀਂ ਮੇਰੇ ਪ੍ਰੀਵੀਅਸ ਸ਼ੋਅ ਦੇਖੇ ਹੋਵੋਗੇ ਇਹ ਅਨਾਊਂਸਮੈਂਟ ਮੈਂ ਪਹਿਲੇ ਹੀ ਕਰਤੀ ਸੀ ਕਿ ਬੈਟਰ ਆ ਕਿਉਂਕਿ ਜਿੱਦਾਂ ਚੇਂਜਿਸ ਆ ਰਹੇ ਸੀਗੇ ਤਾਂ ਆਪਾਂ ਨੂੰ ਸਾਡੀ ਸਮਝਦਾਰੀ ਇਹੀ ਸੀਗੀ ਕਿ ਅਸੀਂ ਡੈਫਰਮੈਂਟ ਲੈ ਲਈਏ ਬਟ ਮੇਰਾ ਜੋ ਐਕਸਪੀਰੀਅੰਸ ਕਹਿੰਦਾ ਹੈ ਆਉਣ ਵਾਲਾ ਇਨਟੇਕ ਬਹੁਤ ਸ਼ਾਨਦਾਰ ਜਾਏਗਾ ਕਿਉਂਕਿ ਉਹ ਚੇਂਜਿਸ ਹੀ ਇਸ ਲਈ ਆ ਰਿਹਾ ਕਿਉਂਕਿ ਉਹ ਸਾਨੂੰ ਪ੍ਰਪੇਅਰ ਕਰ ਰਿਹਾ ਹੁਣ ਸਟੂਡੈਂਟ ਦਾ ਕੀ ਪਾਰਟ ਹੈਗਾ ਵਾ ਸਟੂਡੈਂਟ ਇਸ ਚੀਜ਼ ਲਈ ਪ੍ਰਪੇਅਰ ਹੋ ਜਾਏ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਹੁਣ ਫੇਕ ਚੀਜ਼ਾਂ ਨਹੀਂ ਚੱਲਣੀਆਂ ਸਭ ਤੋਂ ਪਹਿਲੇ ਉਹ ਫੰਡਸ ਨੂੰ ਲੈ ਕੇ ਬਹੁਤ ਕੰਸਰਨਡ ਹੈਗਾ ਵਾ ਫੰਡਸ ਜੈਨੂਅਨ ਦਿਖਾਓ ਕਿੱਥੋਂ ਸੋਰਸ ਆਫ ਇਨਕਮ ਹੈਗਾ ਇਹ ਸਾਰੀਆਂ ਚੀਜ਼ਾਂ ਦੀ ਕਲੈਰਿਟੀ ਹੋਣੀ ਚਾਹੀਦੀ ਆ ਐਂਡ ਇੱਕ ਮੇਰੀ ਸਟੂਡੈਂਟਸ ਨੂੰ ਐਡਵਾਈਸ ਹੈਗੀ ਆ ਕਿ ਉਹ ਫੇਕ ਐਕਸਪੀਰੀਅੰਸਿਸ ਫੇਕ ਅਕੈਡਮਿਕਸ ਨਾ ਲਗਾਉਣ ਅਗਰ ਉਹ ਅਪ ਟੂ ਡੇਟ ਫਾਈਲ ਲਗਾਉਂਦੇ ਆ ਤਾਂ ਵੀਜ਼ਾਸ ਵੀ ਆਉਣਗੇ ਸੋ ਸਟੂਡੈਂਟਸ ਕੋਈ ਵੀ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ ਸ਼ੋਅ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ